ਉਹ ਪਈਆਂ ਉੱਥੇ ਯਾਰ ਘੜੀਆਂ ਘੁੜੀਆਂ ਪਈਆਂ ਸਾਰਾ ਕੁਝ ਲੋਕੀ ਘੜੀ ਲਾਉਂਦੇ ਨੇ ਤੁਸੀਂ ਘੜੀ ਘੜੀ ਦੀ ਘੜੀ ਪਾਉਂਦੇ ਹੋ ਤੁਹਾਡੀ ਹੈ ਤੇ ਗੌਰ ਲਾ ਵੀ अगर तेरी गल पक्की होंगी मैं तेरी पहली बार जवाब दे देना सी। मैं दो बार इग्नोर किया था, मतलब कच्ची गल सी। उन्हें ऐसा लग रहा था पता नहीं गल सुनी नहीं। मैं गल बड़ी अच्छी, मैं दोबारा कर दिया चलो जी। ਸਲਾਮ ਅਲੈਕੁਮ, ਕੀ ਹਾਲ ਚਾਲ ਹੈ ਜੀ, ਕਿੱਦਾਂ? ਸਭ ਵਧੀਆ, ਹਰ ਤਰ੍ਹਾਂ ਖਰੀਅਤ ਹੈ ਜੀ। ਲਓ ਜੀ, ਇੱਕ ਨਵੀਂ ਕਾਲ, ਬਹੁਤ ਮਜ਼ੇ ਦੀ ਕਾਲ, ਅਤੇ ਜਿਹੜੀ ਤੁਹਾਡੀ ਰਿਕੁਐਸਟ ਸੀ, ਹਜ਼ਾਰਾਂ ਜਿਹੜੇ ਮੈਸੇਜ ਇਹ ਆਏ ਕਿ ਭਾਜੀ ਮਹੀਨੇ ਨੂੰ ਦੁਬਾਰਾ ਕਾਲ ਕਰੋ, ਭਾਜੀ ਮਹੀਨੇ ਨੂੰ ਦੁਬਾਰਾ ਕਾਲ ਕਰੋ। ਮਹੀਨੇ ਦਾ ਜਿਹੜਾ ਕਰੈਕਟਰ ਹੈ ਉਹ ਪੂਰੀ ਤਨਵੀਰ ਸਾਹਿਬ ਪੂਰੀ ਦੁਨੀਆ 'ਚ ਇੰਨਾ ਹਿੱਟ ਹੋਇਆ, ਮਤਲਬ ਕਿ ਮੇਰੀਆਂ ਕਾਲਾਂ ਦੇ ਵਿੱਚ ਅੱਜ ਤੱਕ ਕੋਈ ਕਰੈਕਟਰ ਇੰਨਾ ਨਹੀਂ ਵੱਜਿਆ ਬਿਲਕੁਲ ਜਿੰਨਾ ਮੀਨਾ ਵੱਜਿਆ ਹੈ। ਬਿਲਕੁਲ ਇਸ ਤਰ੍ਹਾਂ, ਮਤਲਬ ਇੱਕ ਉਹਦਾ ਟੋਨ ਬੜਾ ਮਜ਼ੇਦਾਰ ਹੈ, ਹਾਂਜੀ, ਉਹਦਾ ਗੁਫਤਗੂ ਕਰਨ ਦਾ ਅੰਦਾਜ਼ ਬਹੁਤ ਅੱਛਾ ਹੈ, ਬਿਲਕੁਲ, ਉਹਦੀ ਖਿੱਚ ਜਿਹੜੀ ਹੈ ਮਹੀਨੇ ਦੀ ਉਹ ਬਹੁਤ ਮਸ਼ਹੂਰ ਹੈ, ਉਹ ਮਜ਼ੇਦਾਰ ਹੈ। ਅਤੇ ਅੱਜ ਫਿਰ ਆਪਾਂ ਮਹੀਨੇ ਨੂੰ ਕਾਲ ਕਰਨ ਜਾ ਰਹੇ ਹਾਂ ਜੀ। ਲਓ ਜੀ, ਤਨਵੀਰ ਸਾਹਿਬ ਤੁਸੀਂ ਹੈ ਨਾ ਜਿਹੜੇ ਜੀ, ਜੀ ਤੁਸੀਂ ਰਿਹਾਇਸ਼ੀ ਆ ਦੁਬਈ ਦੇ। ਅੱਛਾ, ਤੁਸੀਂ ਮੇਰੇ ਅਰਬਾਬ ਨਹੀਂ ਜਿਹੜੇ ਹੁੰਦੇ? ਬਿਲਕੁਲ ਬਿਲਕੁਲ, ਸਮਝ ਗਿਆ ਨਾ ਜੀ। ਹਾਂਜੀ, ਉਹ ਤੁਸੀਂ ਤੇ ਹਾਲੇ ਸਾਰੀ ਪਿਕਚਰ ਜਿਹੜੀ ਹੈ ਕਲੀਅਰ ਨਹੀਂ ਅਸੀਂ ਕਰਨੀ, ਸਿਰਫ ਇਹ ਜ਼ਿਹਨ ਚ ਰੱਖ ਲਓ ਕਿ ਤੁਸੀਂ ਅਰਬਾਬ ਆ, ਅਰਬਾਬ ਆ ਬਿਲਕੁਲ, ਤੇ ਅਸੀਂ ਕਾਲ ਕਰਨ ਜਾ ਰਹੇ ਹਾਂ ਮੀਨੇ ਨੂੰ। ਲਓ ਜੀ, ਨੰਬਰ ਮਿਲਾਉਂਦੇ ਹਾਂ ਜੀ ਮੀਨੇ ਦਾ ਜੀ। हेलो 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 भाई, कौन है? अस्सलाम वालेकुम। वालेकुम सलाम, की हाल है मीने? कौन है भाई? राणा इजाज गल करदा। मेरी जान दे दुश्मन है राणे कढ़ाने आ गया, पड़ गया भांडे जे। ओए, ओ फिल्म है, आ गया चेता। ओए मामा पुन्नू दे आ, खू खू करी जाना खोते, बोलदा नहीं चंगड़े। ओए मीने भाई जान, ओए तू की है यार, तू मैं तू की है यार, तू की है यार, टीका लगा के आया तू है मीने? मेरा तो अगो तेन हां जी कहने भी नहीं दिल करता यार। मैंने मैनू खुदा दे वास्ते माफ कर दे यार। एक किन्ने तेनु अकल मौत देती है, मैनू ये दस पहले। मेरे को बहुत गलतियां हुई हैं यार। तेरे कोलो? हाँ जी। नहीं, तेरे कोलो गलतियां नहीं होंदी हैं। क्यों? तेरे को गलती नहीं होंदी, गलती अगले बंदे को होंदी, तेरा फोन चुक के भरावा। मीने यार, तेन मैं बहुत तंग किया। ओए ड्रामे, फिल्म है मामू, बोलती बड़ी बंद हुई है तेरी, लगता कि तो कुट कुट खा के आया। मैंने मैं पाकिस्तान छड़ता यार। पाकिस्तान छड़ता? दुबई तो गल कर रहे हैं। मैंने बकवास ना कर यार,
ਤੇਰੇ ਵਰਗੇ ਬੰਦੇ ਨੂੰ ਕੌਣ ਦੁਬਈ ਯਾਰ ਲੈ ਕੇ ਜਾਂਦਾ ਯਾਰ? ਨਹੀਂ ਮੈਨੇ ਸੀਰੀਅਸ ਗੱਲ ਆ ਯਾਰ, ਤੂੰ ਦੁਬਈ ਕੀ ਕਰਨ ਆ ਗਿਆ ਯਾਰ? ਯਲਾ ਹਬੀਬੀ ਯਲਾ 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 ਸੁਰਾ ਆ, ਹਾਂਜੀ ਹਾਂ, ਆ ਵਿੱਚ ਕਾਲ ਕੇ ਨਾ ਮਿਲ ਗਈ ਯਾਰ, ਕਾਲ ਮਿਲੀ ਉਹ ਅਰਬਾਬ ਹੈ ਮੇਰਾ, ਅਰਬਾਬ ਅਰਬਾਬ ਜਿਹਦੇ ਕੋਲ ਮੈਂ ਕੰਮ ਕਰਦਾ ਨਾ, ਇੱਥੇ ਮੇਰਾ ਠੇਕੇਦਾਰ ਆ। ਠੇਕੇਦਾਰ ਉਹ ਜਿਹਨੂੰ ਕਫੀਲ ਕਹਿੰਦੇ ਹੁੰਦੇ? ਹਾਂ ਨਹੀਂ ਉਹ ਕਫੀਲ ਇੱਧਰ ਨਹੀਂ ਹੁੰਦੇ, ਦੁਬਈ ਚ ਅਰਬਾਬ ਹੁੰਦੇ ਆ। ਮਾਮਾ ਆ ਕੇ ਅਰਬੀ ਸਿੱਖ ਵੀ ਲਈ ਆ ਕਿ ਐਡਾ ਸਾਨੂੰ ਤੂੰ ਅਗੋਂ ਅਰਬੀ ਅਰਬੀ ਸੁਣਾਉਂਦੇ ਆ ਬਰਬਾਬ ਉਰਬੂਬ? ਮੈਨੇ ਗੱਲ ਇਹ ਆ ਕਿ ਹਰ ਬੰਦਾ ਨਾ ਆਪਣੀਆਂ ਜਿਹੜੀ ਕੀਤੀਆਂ ਹੁੰਦੀਆਂ ਨਾ ਧੋਣੀਆਂ ਚਾਹ ਰਿਹਾ ਹੁੰਦਾ, ਯਾਨੀ ਕਿ ਗਨਾਵਾਂ ਦਾ ਅਜ਼ਾਲਾ ਚਾਹੁੰਦਾ ਹੁੰਦਾ। ਜਿਹੜੀ ਮੈਂ ਤੇਰੇ ਨਾਲ ਜ਼ਿਆਦਤੀਆਂ ਕੀਤੀਆਂ ਨਾ ਉਹਦਾ ਅਜ਼ਾਲਾ ਕਰਨ ਦਾ ਟਾਈਮ ਆ ਗਿਆ ਯਾਰ। ਮੈਨੇ ਮੇਰੀ ਗੱਲ ਸੁਣ, ਕਿਹੜੀ ਤੇਰੀ, ਅੱਜ ਤੱਕ ਮੈਂ ਤੇਰੀ ਸੁਣੀ ਕਿਹੜੀ ਨਹੀਂ ਯਾਰ, ਮੈਂ ਨਾ ਵੀ ਸੁਣਾ ਤਾਂ ਮਾਮਾ ਤੂੰ ਤਾਂ ਸੁਣਾ ਹੀ ਦੇਣੀ। ਮੈਨੇ ਗੱਲ ਇਹ ਆ ਕਿ ਤੈਨੂੰ ਮੈਂ 15 ਦਿਨਾਂ ਵਾਸਤੇ ਸੱਦ ਰਿਹਾ ਦੁਬਈ। ਓਏ ਮੈਂ ਤੈਨੂੰ 15 ਸਕਿੰਟ ਵਾਸਤੇ ਨਹੀਂ ਸੱਦ ਕੇ ਰਾਜ਼ੀ ਹੋਏ। ਮੈਨੇ 3 ਲੱਖ ਰੁਪਏ ਤਨਖਾਹ, 3 ਲੱਖ ਚਵਲਾਂ ਵੀ ਮਾਰਨੇ ਆ ਯਾਰ, 3 ਲੱਖ ਤੇਰੀ ਤੇਰੀ ਗੱਲ ਤੇ ਕੌਣ ਇਤਬਾਰ ਕਰਦਾ ਯਾਰ? ਮੈਨੇ ਤੂੰ 15 ਦਿਨ ਵਾਸਤੇ ਦੁਬਈ ਆਉਣਾ ਹੈ, ਕਿੰਨੇ ਦਿਨ ਵਾਸਤੇ ਪਹਿਲੇ ਦੱਸ ਦੇ ਨਾ ਬਈ, ਮੈਨੂੰ ਇਹ ਦੱਸ ਦੇ ਵੀ ਮੇਰੇ ਕੋਲ ਉਹ ਉਹ ਕਦੋਂ ਗੱਲ ਦੱਸਣੀ ਆ ਜਿਹਦੇ ਐਂਡ ਤੇ ਲੋਕਾਂ ਨੇ ਮੈਨੂੰ ਕਹਿਣਾ ਜਾ ਮਹੀਨੇ ਫਿਰ ਆ ਗਿਆ ਉਹਦੇ ਹੱਥ? ਨਹੀਂ ਨਹੀਂ ਮਹੀਨੇ ਉਹ ਕਰ ਲੈ ਨਾ ਪਹਿਲੇ। ਨਹੀਂ ਨਹੀਂ ਮਹੀਨੇ ਐਸੀ ਕੋਈ ਗੱਲ ਨਹੀਂ, 15 ਦਿਨ ਵਾਸਤੇ ਤੂੰ ਆਉਣਾ ਦੁਬਈ ਕਿਹਦੇ ਮੇਰੇ ਕੋਲ? ਅਸਤਗਫਿਰੁੱਲਾ ਅਸਤਗਫਿਰੁੱਲਾ ਯਾ ਅੱਲਾ ਮਾਫ ਕਰ ਦੇ। ਮਹੀਨੇ ਮੇਰੀ ਗੱਲ ਸੁਣ ਲੈ, ਤੇਰਾ ਆਉਣ ਜਾਣ ਦਾ ਟਿਕਟ 15 ਦਿਨ ਦੀ ਰਿਹਾਇਸ਼ ਤੇਰੀ ਉੱਤੇ ਹੋਣੀ ਹੈ। ਕਿੱਥੇ ਭਾਈ ਉੱਤੇ ਕਿੱਥੇ? ਤੇ ਯਾਰ ਬਾਬ ਮੀਨਾ ਆਯੁਨ ਦੁਬਈਨ ਤੇ ਮਾਲੁਨ ਦਰਮਜ਼ਟੁਨ ਕਿੰਨੇ? ਸੁਰਾ ਸੁਰਾ ਅੱਛਾ ਮੀਨੇ ਅਰਬਾਬ ਮੇਰਾ ਕਹਿਣ ਡਿਆ, ਮੀਨਾ ਬਹੁਤ ਇੱਕ ਅੱਛਾ ਇਨਸਾਨ ਹੈ, ਮੁਹੱਜ਼ਬ ਇਨਸਾਨ ਹੈ ਤੇ ਇਹਦੀ ਸਾਨੂੰ ਬਹੁਤ ਜ਼ਰੂਰਤ ਆ, ਤੇ ਇਸ ਕਿਸਮ ਦੇ ਜਿਹੜੇ ਬਹੁਤ ਅੱਛੇ ਲੋਕ ਹੁੰਦੇ ਆ ਉਹਨਾਂ ਦੇ ਤੇ ਅਸੀਂ ਮਤਲਬ ਕਿ ਦਿਲਦਾਦਾ ਆ ਉਹਨਾਂ ਦੇ ਅਸੀਂ। ਕਿਉਂ ਬਕਵਾਸ ਕਰਨੇ ਆ ਯਾਰ, ਮੈਨੂੰ ਪਾਗਲ ਸਮਝਣ ਦਿਆ ਤੂੰ? ਹੁਣ 1-2 ਲਫ਼ਜ਼ ਬੋਲੇ ਆ ਪਤਾ ਨਹੀਂ ਕੀ ਤਾਲ ਤੂਲ ਕਰਕੇ ਤੇ ਮਾਮਾ ਤੂੰ 40 ਸਫ਼ਿਆਂ ਦੇ ਅੱਗੇ ਤਰਜਮਾ ਕਰ ਦਿੱਤਾ ਹੈ। ਮੇਰਾ ਅਰਬਾਬ ਜਿਹੜਾ ਆ ਉਹ ਕਹਿਣ ਡਿਆ ਕਿ ਮਹੀਨੇ ਨੂੰ 3 ਲੱਖ ਰੁਪਏ ਤਨਖਾਹ ਮਿਲਣੀ ਹੈ। ਅੱਛਾ ਭਾਈ, ਆਉਣ ਜਾਣ ਦਾ ਟਿਕਟ ਸਾਡੇ ਜ਼ਿੰਮੇ, ਇਹ ਹੁਣ ਮੈਨੂੰ ਕਿਹਾ ਉਹਨੇ, ਰੋਟੀ ਪਾਣੀ ਵੀ ਸਾਡੇ ਜ਼ਿੰਮੇ, ਰਿਹਾਇਸ਼ ਵੀ ਸਾਡੇ ਜ਼ਿੰਮੇ, ਰਿਹਾਇਸ਼ ਤਾਂ ਪੱਕੀ ਦੇ ਦੇਣੀ ਨਾ। ਉਸ ਤੋਂ ਬਾਅਦ ਉਹ ਕਹਿਣ ਡਿਆ ਕਿ ਜਾਂਦੇ ਆ 6 ਸੂਟ ਲੈ ਕੇ ਦੇਣੇ ਆ, 4 ਜੁੱਤੀਆਂ ਲੈ ਕੇ ਦੇਣੀਆਂ। ਉਹ ਕਿਸ ਕੰਜਰ ਨੇ ਕਿਹਾ ਹੋਇਆ ਉਹਨੇ ਤੇ ਇੱਕ ਲਫ਼ਜ਼ ਬੋਲਿਆ ਐਡਾ ਲੰਬਾ? ਮੈਂ ਪਾਗਲ ਆ, ਮੈਂ ਸੁਣਾ ਨਹੀਂ ਦਿਆ ਇਹਨੂੰ, ਕਹ ਦੁਬਾਰਾ ਬੋਲੀ ਜਰਾ ਕੀ ਕਿਹਾ ਇਹਨੇ? ਨਾਮ ਆ ਦੇਖਿਆ ਨਾ, ਉਹ ਕਹਿਣ ਡਿਆ 6 ਸੂਟ, 4 ਜੁੱਤੀਆਂ, 1 ਅੰਗੂਠੀ। ਉਹ ਯਾਰ ਅਸੀਂ ਐਡਾ ਵੱਡਾ ਵੀ, ਮੇਰੀ ਗੱਲ ਸੁਣ, ਮੈਂ ਪਾਗਲ ਹੀ ਹੈਗਾ ਬੋਲੇ ਨਾਮ ਕਰਕੇ ਬੋਲਿਆ ਤੇ ਨਾਮ ਦਾ ਕੀ ਮਤਲਬ ਆ ਯਾਰ? 4 ਸੂਟਾਂ ਦੇ ਵਿੱਚ ਤਾਂ ਨਾਮ ਕਿਤੇ ਲੱਗਦਾ ਹੀ ਨਹੀਂ, ਨੂਨ ਆਉਂਦਾ ਹੀ ਨਹੀਂ ਕਿਤੇ, ਜੁੱਤੀਆਂ ਵੀ ਪਾਤੀਆਂ ਤੂੰ ਕੋਲੋਂ, ਨਾਮ ਦਾ ਮਤਲਬ ਜੁੱਤੀਆਂ ਕਦੋਂ ਹੋ ਗਿਆ ਯਾਰ? ਓਏ ਰਾਣੇ ਕਢਾਣੇ ਮੇਰੀ ਗੱਲ ਸੁਣ ਲੈ, ਤੂੰ ਐਵੀਂ ਚਵਲ ਕੋਈ ਮਾਰਨੀ ਆ, ਕੰਮ ਕੋਈ ਹੈ ਨਹੀਂ ਤੇਰੇ ਕੋਲ, ਐਵੀਂ ਮੈਨੂੰ ਲੱਗਾ ਤੂੰ ਸਤਾਉਣ। ਮਹੀਨੇ ਕੰਮ ਬਹੁਤ ਅੱਛਾ ਕੀ ਆ ਉਹ ਭੌਂਕ ਪਹਿਲੇ, ਆ ਜਿਹੜਾ ਮੇਰਾ ਅਰਬਾਬ ਆ ਨਾ। ਹਾਂ ਇੱਕ ਮਿੰਟ ਠਹਿਰੀ ਯਾਰ ਬਾਬ, ਨਾਮ ਮੀਨਾ ਆਇਨ ਐਨ ਰੇਤਾ ਦੇ ਵਿੱਚ ਆ, ਠੀਕ ਹੈ। ਉਹ ਕਹਿ ਰਿਹਾ ਜੀ ਕਿ ਮੀਨਾ ਜਿਹੜਾ ਹੈ ਨਾ ਜੀ, ਓਏ ਕੀ ਹੋਇਆ ਓ ਡਰਾਮੇ ਕੀ ਹੋਇਆ? ਉਹ ਮਾਮਾ ਨੇ ਜੀ ਪਤਾ ਨਹੀਂ ਕਿਆ ਕੀਤਾ, ਐਡੀ ਲੰਬੀ ਗੱਲ ਕਿਉਂ ਸੁਣਾਈ ਇਹਨੇ ਯਾਰ ਤੂੰ? ਅਰਬਾਬ ਮੇਰਾ ਇਹ ਗੱਲ ਕਹਿ ਰਿਹਾ ਹੈ ਕਿ ਮੀਨੇ ਨੂੰ ਫੌਰਨ ਦੁਬਈ ਸੱਦ। ਅੱਛਾ ਤੇ ਯਾਰ ਬਾਬ ਨਾਮ, ਹਾਂ ਠੀਕ ਹੈ,
ਉਹ ਕਹਿ ਰਿਹਾ ਜੀ ਕਿ ਜਹਾਜ਼ ਤੋਂ ਹਾਲੇ ਉਹਨੇ ਉਤਰਨਾ ਹੀ ਆ। ਕਹਿੰਦਾ ਜਹਾਜ਼ ਤੇ ਉੱਤਰ ਦੇ ਉਹ ਕੋਈ ਸ਼ੈ ਖਾਂਦੇ ਆ ਉਹਨੂੰ ਪਤਾ ਨੀ ਮਜ਼ਾ ਆਉਂਦਾ ਔਰ ਬਾਹ ਵੀ ਉੱਦਾਂ ਦਾ ਪਾਗਲ ਹੈ ਬਸ ਹੋਰ ਉਹਨੂੰ ਘਰ ਵੀ ਨੀ ਆਉਂਦੀ ਯਾਰ ਬਾਬ ਇਹ ਬਾਬ ਹਾਂ ਉਹ ਕਹਿ ਰਿਹਾ ਜੀ ਉਹਨੂੰ ਬੋਲਣ ਦੇ ਯਾਰ ਬਾਬ ਹਾਂ ਉਹ ਕਹਿ ਰਿਹਾ ਜੀ ਡਰਾਈ ਫਰੂਟ ਵੀ ਉਹਨੂੰ 6 ਕਿਲੋ ਇੱਥੋਂ ਲੈ ਕੇ ਦੇਣਾ ਦੁਬਈ ਦਾ ਚਵਲ ਸਾਰੇ ਜ਼ਮਾਨੇ ਦਾ ਚੂੜਾ ਮੀਨੇ ਇੱਥੇ ਹੋਣ ਡਈ ਹੈ ਊਂਠਾਂ ਦੀ ਰੇਸ ਮੈਂ ਕੀ ਕਰਾਂ ਤੂੰ ਬਹਿਣਾ ਹੈ ਊਂਠ ਦੇ ਉੱਤੇ ਤੈਨੂੰ ਉੱਤੇ ਊਂਠ ਦੇ ਅਸੀਂ ਬੰਨਣਾ ਮੈਨੂੰ ਕਿਉਂ ਬੰਨਣਾ ਮੈਂ ਪੇਟੀ ਆ 15 ਦਿਨ ਲਗਾਤਾਰ ਊਂਠ ਨੇ ਦੌੜਨਾ ਮੇਰਾ ਕੀ ਤਲਕ ਆ ਤੂੰ ਸਵਾਰ ਆ ਮੈਂ ਸਵਾਰ ਕੇ ਹੀ ਬਵਾਂਗਾ ਉੱਤੇ ਫਿਕਰ ਨਾ ਕਰ ਤੇ 3 ਲੱਖ ਰੁਪਏ ਮਿਲਣਾ ਤੈਨੂੰ ਮੈਂ ਮੈਨੂੰ ਯਕੀਨ ਨਹੀਂ ਹੈਗਾ ਯਾਰ ਤੇਰੇ ਤੇ ਚਵਲਾ ਮੇਰੀ ਗੱਲ ਸੁਣ ਮੀਨੇ ਤੂੰ ਮੈਨੂੰ ਅਕਾਊਂਟ ਨੰਬਰ ਆਪਣਾ ਭੇਜ ਆ ਹੁਣੇ 3 ਲੱਖ ਰੁਪਏ ਤੇਰੇ ਅਕਾਊਂਟ ਚ ਟ੍ਰਾਂਸਫਰ ਹੋ ਜਾਂਦਾ ਕੰਮ ਸੁਣ ਲਾ ਪਹਿਲੇ ਆਰਾਮ ਨਾਲ ਸੁਣਾ ਮੈਂ ਪੈਸੇ ਐਡਵਾਂਸ ਲੈਣੇ ਆ ਮੀਨੇ ਤੂੰ ਹੁਣ ਅਕਾਊਂਟ ਨੰਬਰ ਭੇਜਣਾ ਤੇ 15 ਮਿੰਟਾਂ ਬਾਅਦ ਤੂੰ ਚੈੱਕ ਕਰਨ ਲਈ ਤੈਨੂੰ ਬੈਂਕ ਵੱਲੋਂ ਮੈਸੇਜ ਆ ਜਾਣਾ ਕਿ ਤੇਰੇ ਅਕਾਊਂਟ ਚ 3 ਲੱਖ ਰੁਪਿਆ ਆ ਗਿਆ 15 ਦਿਨਾਂ ਦਾ ਚਲੋ ਐ ਤੋਂ ਹੀ ਨਾ ਕੋਈ ਸਮਝ ਵਾਲੀ ਗੱਲ ਭਾਈ ਮੇਰੇ ਬਾਰੇ ਆਏਗਾ ਠੀਕ ਆ ਐਡਵਾਂਸ ਲਵਾਂਗਾ ਠੀਕ ਆ ਗੱਲ ਪੱਕੀ ਹੁਣ ਮੈਂ 1 ਮਿੰਟ ਜ਼ਰਾ ਅਰਬਾਬ ਕੋ ਕੰਮ ਸਮਝਣਾ ਉਹਨ ਕੋ ਸਮਝ ਲਈ ਚੰਗੀ ਤਰ੍ਹਾਂ ਨੂੰ ਬੋਲ ਲੈਂਦੀ ਵਿਚਾਰੇ ਨੂੰ ਯਾਰ ਬਾਬ ਜਿਹੜਾ ਮੀਨਾ ਆਇਨ ਉਂਠਨ ਅਈਵਾ ਉੱਤੇ ਦੌੜ ਅੱਗੇ ਤਾਲ ਤਾਲ ਬਸ ਹਾਂ ਉਹ ਕਹਿ ਰਿਹਾ ਜੀ 15 ਦਿਨ ਨੇ ਊਂਠ ਦੇ ਉੱਤੇ ਬਹਿਣਾ ਯਾਰ ਮੇਰੇ ਮੰਨਣ ਚ ਕਿਉਂ ਨਹੀਂ ਹੁੰਦਾ ਉਹਨੇ ਇੰਨਾ ਕੁਛ ਕਿਹਾ ਮੈਨੂੰ ਪਹਿਲੇ ਸਮਝਾ ਉਸ ਤੋਂ ਬਾਅਦ ਮੀਨੇ ਤੈਨੂੰ ਅਸੀਂ ਦੇਣਾ ਉੱਤੇ ਬੰਨ ਤੇ 100 ਊਂਠ ਦੌੜਨਾ 15 ਦਿਨ ਰੇਸ ਆ ਭਰਾਵਾ ਮੈਨੂੰ ਬੰਨ ਕੇ ਕਿਉਂ ਬਣਾਉਣਾ ਮਤਲਬ ਕਿ ਬੰਨ ਕੇ ਮੈਨੂੰ ਕਿਉਂ ਬਣਾਉਣਾ ਯਾਰ ਮੈਂ ਮੇਰੀ ਲੱਤ ਟੁੱਟੀ ਆ 15 ਦਿਨ ਰਾਤ ਵੀ ਊਂਠ ਨੇ ਦੌੜਨਾ ਦਿਨ ਵੀ 15 ਦਿਨ ਤੇ 15 ਰਾਤਾਂ ਓਏ ਹੋਏ 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 ਓਏ ਉੱਤੇ ਹੀ ਤੈਨੂੰ ਰੋਟੀ ਪਾਣੀ ਬੰਨ ਦੇਣਾ 15 ਦਿਨਾਂ ਦਾ ਓਏ ਹੋਏ ਤੂੰ ਊਂਠ ਦੇ ਉੱਤੇ ਹੀ ਆ ਕੀ ਗੱਲ ਭਰਾਵਾ ਉੱਤੇ ਬੱਦਲਾਂ ਚ ਉੱਡਣਾ ਊਂਠ ਤੇਰਾ ਨਹੀਂ ਰੇਗਿਸਤਾਨ ਚ ਉੱਤੇ ਹੀ ਰਹਿਣਾ ਊਂਠ ਦੇ ਉੱਤੇ ਹੀ ਰਹਿਣਾ ਆ ਜਦੋਂ ਤੈਨੂੰ ਭੁੱਖ ਲੱਗੀ ਆਰਾਮ ਨਾਲ ਟਿਫਨ ਖੋਲਿਆ 1 ਮਿੰਟ ਠਹਿਰੀ ਯਾਰ ਬਾਬ ਟਿਫਨ ਜਿਹੜਾ ਆ ਉਹਦੇ ਕੋਲ ਹੋਏਗਾ ਨਾ ਆਏ ਵਾਏ ਵਾਏ ਹਾਂ ਉਹ ਕਹਿ ਰਹੇ ਆ ਕਿ ਆਲੂ ਮਟਰ ਕੁਛ ਵੀ ਨਹੀਂ ਕਿਹਾ ਉਹਨੇ ਅੱਗੇ ਬੋਲ ਤੂੰ ਹੀ ਬੋਲ ਉਹਨੇ ਕੁਛ ਨਹੀਂ ਕਿਹਾ ਅਰ ਬਾਬ ਕਹਿ ਰਿਹਾ ਆਲੂ ਮਟਰ ਪੱਕੇ ਹੋਣਗੇ ਓਏ ਨਾਲ ਆਲੂ ਮਟਰ ਸਬਜ਼ੀਆਂ ਸਾਰੀਆਂ ਯਾਰ ਬਾਬ ਦਾਲਾਂ ਵੀ ਹੋਣਗੀਆਂ ਨਾ ਹਾਂ ਉਹ ਕਹਿ ਰਿਹਾ ਕਿ ਆਲੂ ਛੋਲੇ ਵੀ ਕਿਤੇ ਮੂੰਹ ਸਲੂਣਾ ਕਰਨਾ ਪੈ ਜਾਵੇ ਓਏ ਤੇਰੇ ਅਰਬਾਬ ਨੂੰ ਕੋਈ ਚੂੰਟੀ ਵੜਦਾ ਹੋਵੇ ਮੀਨੇ ਹਾਂ ਤੇ ਸੋਹਣੇ ਗੱਲ ਇਹ ਆ ਅੱਛਾ ਮੈਂ ਭਾਈ ਬਹਿ ਜਾਗਾ ਊਂਠ ਤੇ ਦੌੜ ਤੇ ਦੌੜ ਜਾਈ ਸਲੇ ਨਾਲ ਆ ਮੈਂ ਲੈ ਲਾਂਗਾ 3 ਲੱਖ ਐਡਵਾਂਸ ਕਰਨਾ ਹੀ ਬਸ ਇਹੀ ਕੰਮ ਨਾ ਉੱਤੇ ਬਹਿ ਕੇ ਦੌੜ ਹੀ ਲਾਉਣੀ ਨਾ 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 ਉੱਤੇ ਬਹਿ ਕੇ ਦੌੜ ਨਹੀਂ ਲਾਉਣੀ ਉਹ ਰੇਸ ਜਿੱਤਣਾ ਤੇਰੇ ਵਾਸਤੇ ਬਹੁਤ ਜ਼ਰੂਰੀ ਹੈ ਉਹ ਤੇ ਤੁਹਾਡਾ ਊਂਠ ਹੋਣਾ ਚਾਹੀਦਾ ਤਗੜਾ ਯਾਰ ਮੀਨੇ ਦੇਖ 15 ਦਿਨ ਤੂੰ ਨਹਾਉਣਾ ਵੀ ਉੱਤੇ ਹੀ ਹੈ ਯਾਰ ਤੇਰਾ ਦਿਮਾਗ ਖਰਾਬ ਆ ਭਈ ਮੈਂ ਕਿਤੇ ਸੌਣਾ ਵੀ ਆ ਮੈਂ ਕਿਤੇ ਨਹਾਉਣਾ ਧੋਣਾ ਮੈਂ ਉੱਤੇ ਕਿਦਾਂ ਨਾ ਲਾਗਾ ਯਾਰ ਮੇਰੀ ਗੱਲ ਸੁਣ ਤੂੰ ਉੱਤੇ ਹੀ ਕੱਪੜੇ ਲਾ ਕੇ ਕੱਛਾ ਪਾਉਣਾ ਊਂਠ ਦੇ ਉੱਤੇ ਬੈਠੇ ਨੀ ਊਂਠ ਦੌੜ ਰਿਹਾ ਮੀਨੇ ਠਹਿਰ ਜਾ ਯਾਰ ਮੈਂ ਬਾਪ ਕੋ ਸਾਰੀ ਯਾਰ ਬਾਪ ਮੀਨੇ ਨੇ ਭਲਾ ਨਿਜ਼ਾਮ 15 ਦਿਨ ਦਾ ਜਿਹੜਾ ਆ ਉਹ ਕਿੱਦਾਂ ਹੈ ਤਫਸੀਲਨ ਦੱਸੋ ਜ਼ਰਾ ਮੈਨੂੰ ਖਲਾਸ ਬਸ ਇਜਲਸ ਆ ਓਕੇ ਜੀ ਉਹ ਕਹਿ ਰਿਹਾ ਜੀ ਓਏ ਕਿਹੜਾ ਰਬਾਬ ਆ ਓਏ ਕਿਤੇ ਚੜਦੇ ਪੰਜਾਬ ਦਾ ਰਬਾਬ ਫੜ ਲਿਆ ਜਿਹਨੂੰ ਸਾਰੀ ਪੰਜਾਬੀ ਸਮਝ ਆਉਂਦੀ ਆ ਓਏ ਮੀਨੇ ਉਹ ਕਹਿ ਰਿਹਾ ਹੈ ਕਿ ਉੱਤੇ ਹੀ ਰਹਿਣਾ 15 ਦਿਨ ਊਂਠ ਦੇ ਉੱਤੇ ਹੀ ਖਾਣਾ ਪੀਣਾ ਉੱਤੇ ਹੀ ਨਹਾਉਣਾ ਧੋਣਾ
ਉੱਤੇ ਸੌਣਾ ਪੈਣਾ। ਵਾ 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 ਵਾ, ਇਹ ਤੁਹਾਡਾ ਊਂਠ ਉੱਤੋਂ ਕੀ ਪੰਜ ਮਰਲੇ ਦਾ ਕਮਰੇ ਪਾਏ ਊਂਠ ਦੇ ਉੱਤੇ, ਇੱਕ ਬੈਡਰੂਮ ਇੱਕ ਵਿਹੜਾ। ਉਹ ਯਾਰ ਕੋਈ ਖਿਆਲ ਕਰ, ਊਂਠ ਦੇ ਵਿੱਚ ਕੱਬੇ ਹੋ ਜਿਹੜਾ ਆ ਕੇ ਚੱਪ ਜਿਹਾ ਬਣਿਆ ਹੁੰਦਾ ਯਾਰ, ਖੁਬ ਖੁਬ ਕੇ ਮੇਰਾ ਕੀ ਹਾਲ ਹੋਣਾ। ਬਸ ਇੱਕ ਮਿੰਟ ਹਰੀ ਮੀਨੇ, ਮੇਰਾ ਅਰਬਾਬ ਮੈਨੂੰ ਕੋਈ ਇਸ਼ਾਰੇ ਕਰ ਰਿਹਾ ਹੈ। ਅਰਬਾਬ ਆਈ ਵਾ ਆਈ ਵਾ, ਓਕੇ ਮੇਰਾ ਅਰਬਾਬ ਕਹਿ ਰਿਹਾ ਕਿ ਜ਼ਿਲ੍ਹੇ ਏਅਰਪੋਰਟ ਤੇ ਮੀਨੇ ਨੇ ਉਤਰਨਾ ਨਾ। ਨਾ ਨਾ ਮੈਂ ਮੰਨਦਾ ਨਹੀਂ, ਇਹ ਕਹਿ ਨਹੀਂ ਉਹਨੇ, ਉਹ ਤੈਨੂੰ ਕਦੋਂ ਦਾ ਭੌਂਕਣ ਦਿਆ। ਇਹ ਵਾ ਇਹ ਵਾ ਜਦੀ ਗੱਲ ਕਰਨੇ ਆ ਸੀ, ਇਹ ਵਾ ਤੂੰ ਦੱਸ ਕੇ ਇਹੀ ਆ। ਮੀਨੇ ਉਹ ਕਹਿਣ ਡਿਆ ਕਿ ਜ਼ਿਲ੍ਹੇ ਮੀਨੇ ਨੇ ਉਤਰਨਾ ਨਾ ਏਅਰਪੋਰਟ ਤੋਂ, ਤੇ ਛੋਟੀ ਗਰੰਡਰੀ ਨਾਲ ਮੀਨੇ ਦੇ ਕਰਨੇ ਦੰਦ ਤੇਜ਼। ਐਦਾਂ ਹੀ ਅਰਬਾਬ ਆ। ਓਕੇ ਉਹ ਇਸ ਵਾਸਤੇ ਕਿ ਜਿਹੜਾ ਉੱਤੇ ਕੁੱਬ ਜਿਹਾ ਨੀ ਊਂਠ ਦੇ ਬਣਿਆ ਹੁੰਦਾ, ਤੂੰ ਘੜੀ ਘੜੀ ਉੱਤੇ ਦੰਦੀਆਂ ਵੱਢਣੀਆਂ ਤਾਂ ਕਿ ਊਂਠ ਤੇਜ਼ ਭੱਜੇ। ਯਾਨੀ ਕਿ ਜਿਹੜੇ ਇੱਕ ਇੱਕ ਕਰੋੜ ਰੁਪਏ ਦਾ ਦੰਦ ਹੈ ਉਹ ਤੂੰ ਸਾਰੇ ਗਰੈਂਡਰ ਨਾਲ ਤੇਜ਼ ਕਰਨੇ, ਤੇ ਉੱਥੋਂ ਮੈਨੂੰ 20 ਰੁਪਏ ਦਾ ਸੂਆ ਲੈ ਦੇ। ਤੁਹਾਡਾ ਮੈਂ ਊਂਠ ਏਦਾਂ ਦਾ ਦੜਾਵਾਂਗਾ, ਵੇਖੀ ਜਰਾ ਯਾਰ ਤੁਹਾਡਾ ਊਂਠ ਤਗੜਾ ਆਇਆ ਤਾਂ ਰੇਸ ਜਿੱਤ ਜਾਏਗਾ ਸਿੱਧੀ ਜੀ ਗੱਲ ਆ। ਇਹ ਕੀ ਕਿਹੜੀ ਦੰਦੀਆਂ ਕਲੀ ਵੱਢਣੀਆਂ ਮੈਂ। ਬਸ ਮੀਨੇ ਇਹ ਆ ਕਿ ਜਿਲੇ ਤੇਰਾ ਨਹਾਉਣ ਨੂੰ ਦਿਲ ਕਰੇ, ਮੇਰਾ ਨੀ ਕਰਦਾ ਨਾ ਉਹਨੂੰ ਦਿਲ ਕਰ। ਕੀ ਉੱਤੇ ਕੀ ਤੂੰ ਟੈਂਕੀ ਬਣਾਈ ਆ? ਨਹੀਂ ਮੀਨੇ ਟੈਂਕੀ ਵਾਲੀ ਕੋਈ ਗੱਲ ਨਹੀਂ ਯਾਰ, ਬਾਪ ਦੱਸ ਜਰਾ ਵਾਸ਼ਿੰਗ ਏਰੀਆ ਉਹਨੂੰ ਹੁਣ ਦੱਸ ਲੈਣ ਦੇ। ਹੀ ਆਈਵਾ ਇਹ ਵਕਤ ਦਾ ਕਿਦਾ ਕਿਦਾ, ਓਏ ਆਈਵਾ ਓ ਇਹਨਾਂ ਗੱਲ ਕਰਾ ਮੇਰੀ ਆਈਵਾ। ਉਹ ਕਹਿੰਦੇ ਆ ਕਿ ਜਿਲੇ ਨਹਾਉਣ ਨੂੰ ਦਿਲ ਕਰੇ ਨਾ, ਕੱਪੜੇ ਲਾਉਣੇ ਆ, ਕੱਛਾ ਪਾਉਣਾ ਆ, ਸਾਬਣ ਲਾਉਣਾ, ਉੱਤੇ ਇੱਕ ਹੈਲੀਕਾਪਟਰ ਆਏਗਾ ਉਹ ਪਾਣੀ ਛੱਡੇਗਾ ਉੱਤੋਂ। ਅੱਛਾ ਤੂੰ ਮਾਰਨਾ ਹੈ? ਬਸ ਠੀਕ ਹੈ, ਮੈਨੂੰ ਉੱਥੇ ਨਹਾਉਂਦੇ ਨੂੰ ਦੇਰ ਲੱਗ ਜਾਵੇ ਹੈ, ਮੈਂ ਹੈਲੀਕਾਪਟਰ ਨਾਲ ਵੇਖਾਂ ਵੀ ਪਾਣੀ ਸੁੱਟੋ, ਉਹ ਭੁਲੇਖੇ ਦੇ ਨਾਲ ਪੈਟਰੋਲ ਦੀ ਟੈਂਕੀ ਦਾ ਢੱਕਣ ਖੋਲ ਲੈਣ, ਮੈਂ ਥੱਲੋਂ ਸਿਗਰਟ ਲਾਇਆ ਹੋਵੇ, ਮੈਂ ਤੇ ਊਂਠ 15 ਦਿਨ ਦਾ ਸਫ਼ਰ ਇੱਕੋ ਦਿਨ 'ਚ ਫਟਾ ਕਰਕੇ ਮੌਕੇ 'ਤੇ ਪਹੁੰਚੇ ਹੋਈਏ। ਮੁੜ ਕੇ ਕਈਆਂ ਦੇ ਨਾਲ ਊਂਠ ਤੇ ਮੈਨੂੰ ਚੁੱਕ ਲਿਓ। ਯਲਾ ਹਬੀਬੀ ਸੂਰਾ ਸੂਰਾ, ਉਹ ਤੂੰ ਸੂਰ ਹੈ, ਤੂੰ ਐਡਾ ਸੂਰ ਹੈ, ਚਵਲ ਨਾ ਹੋਵੇ ਤੇ ਜੈਸਾ ਬਾਪ ਵੈਸਾ ਰਬਾਬ। ਮੀਨੇ ਹਾਂਜੀ ਭੌਂਕੋ। ਮੀਨੇ ਰਬਾਬ ਨਾਲ ਐਦਾਂ ਨਾ ਬੋਲ। ਉਹ ਯਾਰ ਉਹਦੀ ਕੋਈ ਗੱਲ ਦੀ ਸਮਝ ਤੇ ਲੱਗਦੀ ਨੀ, ਪੰਜਾਬੀ ਸਾਰੀ ਸਮਝਦਾ ਯਾਰ। ਯਾਰ ਬਾਬ ਨਾਲੇ ਮੈਨੂੰ ਇਹ ਦੱਸ ਕਿ ਦੌੜ ਦੇ ਵਿੱਚ ਹਬਸ਼ੀ ਕਿਉਂ ਹੋਣੇ? ਹਬਸ਼ੀ ਕੈਮਰਾਮੈਨ ਹੋਣੇ, ਧਿਆਨ ਕੈਲੰਡਰ ਹੋਣੇ ਤੁਹਾਡੇ। ਅਗਰ ਤੇਰਾ ਊਂਠ ਨੂੰ ਤੂੰ ਦੰਦੀ ਨਾ ਵੱਢੀ ਤੇ ਉਸ ਕੈਮਰਾਮੈਨ ਦੇ ਪਿੱਛੇ ਨਾ ਇੱਕ 8 ਫੁੱਟ ਦਾ ਹੋਰ ਹਬਸ਼ੀ ਬੈਠਾ ਹੋਣਾ, ਉਹਨੇ ਤੇਰੇ ਖੁੱਤੀ ਚੱਕ ਪਾਉਣੀ ਹੈ ਕਿ ਮਾਮਾ ਤੇਜ਼ ਦੜਾ ਹੈ। ਯਾਨੀ ਕਿ ਮੈਂ ਪ੍ਰੋਪਰ ਊਂਠ ਨੂੰ ਦੰਦੀਆਂ ਵੱਢਣੀ ਹੈ? ਪ੍ਰੋਪਰ ਦੰਦ ਤੇਜ਼। ਇੱਕ ਤੂੰ ਮੈਨੂੰ ਇਹ ਦੱਸ, ਤੁਹਾਡਾ ਊਂਠ ਕਾਲਾ ਕੱਲੂ ਊਂਠ ਹੈ ਜਿਹਨੂੰ ਮੈਂ ਸਾਰੇ ਰਾਹ ਦੰਦੀਆਂ ਵੱਢਦੇ ਜਾਣਾ? ਲੈ ਦੰਦੀਆਂ ਵੱਢਦੇ ਜਾਣਾ ਊਂਠ ਨੂੰ। ਊਂਠ ਊਂਠ ਦੀ ਆਪਣੀ ਦੰਦੀ ਦਾ ਪਤਾ ਹੈ? ਯਾਰ ਬਾਬ ਇਹ ਮੈਸੇਜ ਟੂ ਮੀਨਾ ਕੀ ਦਿੰਦੇ ਹੋ? ਬਸ ਹੁਆ ਇਜੀ ਆਹੋ ਲਓ ਜੀ ਲਓ। ਪਤਾ ਨਹੀਂ ਕੀ ਬਕਵਾਸ ਕਰੀ ਜਾਂਦੇ ਦੋਵੇਂ ਆਪਸ ਚ। ਮੀਨੇ ਯਾਰ ਮੇਰੀ ਗੱਲ ਸੁਣ, ਰਾਣੇ ਮੇਰੀ ਗੱਲ ਸੁਣ ਲੈ ਯਾਰ, ਮੈਂ ਜਿੱਤ ਵੀ ਗਿਆ, ਕਿਸੇ ਨੇ ਮੰਨਣਾ ਨਹੀਂ ਹੈਗਾ। ਉਹ ਕਿਉਂ? ਮੈਂ ਤਾਂ ਸਾਰੀ ਕੋਸ਼ਿਸ਼ ਕਰਦੇ ਜਿੱਦਾਂ ਦੀ ਮੇਰੀ ਸਿਹਤ ਆ ਯਾਰ, ਮੈਂ ਉਹ ਜਿਹੜੀ ਪੱਟੀ ਹੁੰਦੀ ਐਂਡ ਵਾਲਾ ਫੀਤਾ ਲੰਘ ਵੀ ਜਾਣਾ, ਲੋਕਾਂ ਨੇ ਕਹਿਣਾ ਆ ਇਕੱਲਾ ਊਂਠ ਹੀ ਆ ਗਿਆ, ਇਹਨਾਂ ਨੀ ਪਤਾ ਉੱਤੇ ਬੰਦਾ ਵੀ ਬੈਠਾ ਹੈ, ਲੋਕਾਂ ਨੇ ਕਹਿਣਾ ਖਰੇ ਸਵਾਰ ਨੂੰ ਕਿਤੇ ਸਿੱਟ ਆਇਆ। ਲੈ ਮੀਨੇ ਲਿਆ ਬਈ ਰਾਣੇ, ਅਸੀਂ 3 ਲੱਖ ਰੁਪਏ ਤੇਰੇ। ਯਾਰ ਬਾਪ 3 ਲੱਖ ਟ੍ਰਾਂਸਫਰ ਖਲਾਸ ਖਲਾਸ ਉਹ ਖਲਾਸ। ਲਓ ਜੀ ਉਹ ਕਹਿੰਦੇ ਤੇਰੇ ਅਕਾਊਂਟ ਦੇ ਵਿੱਚ 3 ਲੱਖ ਟ੍ਰਾਂਸਫਰ ਹੋ ਗਿਆ। ਉਹਨੇ ਕਿਹਾ ਹੀ ਨਹੀਂ, ਉਹ ਤੂੰ ਉਹਨੂੰ ਪੁੱਛਿਆ 3 ਲੱਖ ਟ੍ਰਾਂਸਫਰ ਕਰ ਦਿਓ, ਕਹਿੰਦਾ ਮੈਂ ਇਹਦੇ ਖਿਲਾਫ ਆ। ਕਿਉਂ ਬਕਵਾਸ ਕਰ ਰਿਹਾ, ਝੂਠ ਬੋਲ ਰਿਹਾ ਯਾਰ। ਉਹਨੇ ਖਿਲਾਫ ਨਹੀਂ ਕਿਹਾ ਯਾਰ ਵੀ, ਕੀ ਕਿਹਾ ਤੂੰ? ਖਿਲਾਫੁਨ ਜਾਂ ਖਲਾਸੁਨ ਕਿਹਾ? ਖਲਾਸ ਖਲਾਸ ਖਲਾਸ। ਓਏ ਓਏ ਮੈਨੂੰ ਕਿਹੜੀ ਗੱਲ ਖਲਾਸ ਕਰਨਾ ਯਾਰ, ਤੇ ਪਾਗਲ ਸਮਝਦਾ ਮੈਨੂੰ ਪਤਾ ਨੀ ਖਲਾਸ ਦਾ ਮਤਲਬ ਕੀ ਹੁੰਦਾ। ਉਹ ਸਨੀ ਦੇ ਉਹ ਸਨੀ ਦੇਵਲ ਕਹਿੰਦਾ ਸੰਜੇ ਦੱਤ ਨੇ ਕਿੰਨੀ ਵਾਰੀ ਫਿਲਮ ਦੇ ਵਿੱਚ ਕਿਹਾ ਨਹੀਂ ਇਹ ਮੈਂ ਖਲਾਸ। ਚੱਲ ਚੱਲ ਦੌੜ ਜਾ ਤੂੰ ਮੀਨੇ।
मीने। हाँ जी अब्बा जी। मीने जी सर। मीने जी बेवकूफ। मीने जी जाहल। अरे मीने कहाँ हो? ओए शट अप। अरे मीने ले मीनू। ओ मीनू मैं तेरी बिल्ली है। आ गया तू इतना चल जा वो चबला काम कर जा। मीने आ जा यार दुबई उन पैसे आ रहे ने तेनू। आ जा दुबई आ जा ना ले मैं खाते टपड़ी दुबई है। लता खीर या खीश भी ला ओ कैंडा तो खीर भी ले ना के लेके आई नाल। केड़ी खीर ओए ओ केड़ी खीर ओ दोबारा दसी लता खीर। आ लता कर ओ केड़ा खीर दे बाबा सारी लेके आई यार दरा। ओए 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 बकवास ना कर ओ कह दे आ की क्या दोबारा कहियो। लता खीर या खीर लत मैं तेरी लत जीर दंगा कहंदा ओ तेरी लत जीर नहीं मैं तेरी लत जीर देंगा। एडा तू आया एडबी पता नहीं कितों आ गया तेनु चुके माला। सुरा 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 याखी। ओ तू सूर है तेरा खादा सूर है सूरा। अभी भी ताल आहा ताल ताल थर तीन ताल पांच ताल है एडा तू खां साहब है ताल है। आजा मीने आजा 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 तू चल जा छेती आजा देर ना जा। अडीकंड आया मीने तेनू अडीकंड अपनी मौत नू ले हफशियां दी रेस है ऊठा दी रेस है चवल्ला होवे ता चल तबो बंद कर फोन।